नमस्कार दोस्तों, आप देख रहे हैं सटी हलचल। मैं हूं आपके साथ अशोक चोपड़ा। खालसे की जन्मभूमि श्री आनंदपुर साहिब का स्थापना दिवस आज धूमधाम से मनाया गया। इस मौके पर गुरुद्वारा गुरु का महल भोरा साहिब में एसजीपीसी द्वारा रखवाए गए अखंड पाठ साहिब के भोग डालने के उपरांत धार्मिक दीवान सजाए गए और पंथ के महान रागी और कीर्तनी जत्थों द्वारा गुरुबाणी का कीर्तन कर संगतों को भक्ति रस में डुबकी लगवाई और अकाल तख्त साहिब के जथेदार सिंह साहिब यानी रघुवीर सिंह जी ने अरदास की। इस मौके पर जथेदार रघुवीर सिंह जी ने कहा कि 19 जून 1675 ईस्वी में नौवीं पातशाही श्री गुरु तेग बहादुर जी ने श्री आनंदपुर साहिब की इस भूमि को खरीद कर इसे बसाया था, जबकि दसम पातशाही साहिब श्री गुरु गोविंद सिंह जी ने इस पावन भूमि पर खालसा पंथ की संरचना की थी। इस मौके पर देखे पहले तस्वीरें फिर सुनाते हैं क्या कहा अकाल तख्त साहिब के जथेदार सिंह साहिब ज्ञानी रघुवीर सिंह जी ने। ਜਿਸ ਜਿੱਥੇ ਸਭ ਦੁੱਖ ਜਾਏ ਏਕ ਬਹਾਦਰ ਸਿਮਰਿਆ ਕਰ ਨਾਉ ਨਹੀਂ ਹੋਏ ਸਾਏ ਦਸਾਂ ਪਾਤਸ਼ਾਹੀਆਂ ਦੀ ਦੇ ਪਾਠ ਦੀ ਰਾਗ ਦਾ ਧਿਆਨ ਕਰਕੇ ਬੋਲੋ ਜੀ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਇਹਨਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਕਿਤ ਆਵੈ ਕਿਤ ਆਵਨ ਕੀ ਸਿੱਖਾਂ ਨੂੰ ਸਿੱਖੀ ਦਾਨ ਕੀਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚੌਂਕੀਆਂ ਮਨ ਨੀਵਾ ਮਤ ਉੱਚੀ ਮਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਲ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀ ਰਾਮ ਗੁਰਦੁਆਰਾ ਗੁਰੂ ਕੇ ਮਹਿਲ ਭੂਰਾ ਸਾਹਿਬ ਵੇਖੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਅਰਦਾਸ ਬੇਨਤੀ ਹੈ ਜੀ ਜਿੱਥੇ ਜਾਏ ਵਹ ਮੇਰਾ ਸਤਿਗੁਰੂ ਸੋ ਪਿਉਂਕੀ ਮਹਾਰਾਜ ਦੇ ਦਵਾਜੇ ਹੋਏ ਸਾਚੇ ਹੋਏ ਬੋੜੀ ਗੜਵਾਈ ਨੀਮ ਰਖਾਈ ਔਰ ਜਿੱਥੇ ਆਪਾਂ ਇਸ ਵੇਲੇ ਸਤਿਗੁਰਾਂ ਦੀ ਹਜ਼ੂਰੀ ਵਿੱਚ ਜੁੜ ਬੈਠੇ ਹਾਂ ਇਹ ਸਤਿਗੁਰਾਂ ਦਾ ਘਰ ਸੀ, ਸਤਿਗੁਰਾਂ ਦੇ ਮਹਿਲ ਸਨ, ਸਤਿਗੁਰਾਂ ਦਾ ਨਿਵਾਸ ਇੱਥੇ ਸੀ ਔਰ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਮਨੁੱਖੀ ਅਧਿਕਾਰਾਂ ਦੀ ਰਾਖੀ ਕਰਦਿਆਂ ਹੋਇਆ ਇਸ ਘਰ ਵਿੱਚ ਉਹਨਾਂ ਕਸ਼ਮੀਰੀ ਪੰਡਤਾਂ ਦੀ ਫਰਿਆਦ ਸੁਣੀ ਔਰ ਇੱਥੋਂ ਹੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਹਿੰਦੂ ਧਰਮ ਦੀ ਰਾਖੀ ਵਾਸਤੇ ਧੋਤੀ ਟੋਪੀ ਬੋਧੀ ਦੀ ਰਾਖੀ ਵਾਸਤੇ ਹਿੰਦੂ ਮੰਦਰਾਂ ਨੂੰ ਬਚਾਉਣ ਵਾਸਤੇ ਹਿੰਦੂ ਪਰੰਪਰਾਵਾਂ ਨੂੰ ਬਚਾਉਣ ਵਾਸਤੇ ਦਿੱਲੀ ਸ਼ਹਾਦਤ ਪ੍ਰਾਪਤ ਕਰਨ ਵਾਸਤੇ ਰਵਾਨਾ ਹੋਏ ਸਨ। ਸੰਗਤ ਜੀ ਇਹ ਸ਼ਹਿਰ ਸ੍ਰੀ ਅਨੰਦਪੁਰ ਸਾਹਿਬ ਇੱਕ ਸ਼ਹਿਰ ਹੀ ਨਹੀਂ ਇਹ ਇੱਕ ਸਿਧਾਂਤ ਹੈ ਕਿਉਂਕਿ ਕੋਈ ਸੰਬੰਧ ਨਹੀਂ ਸੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਾ ਤਿਲਕ ਨਾਲ ਧੋਤੀ ਨਾਲ ਟੋਪੀ ਨਾਲ ਬੋਧੀ ਨਾਲ ਕੋਈ ਸੰਬੰਧ ਨਹੀਂ ਸੀ ਦੇਵ ਨਾਲ ਕੋਈ ਸੰਬੰਧ ਨਹੀਂ ਪਰ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜਿਨ੍ਹਾਂ ਨੇ ਹਿੰਦੂ ਧਰਮ ਨੂੰ ਬਚਾਉਣ ਵਾਸਤੇ ਦਿੱਲੀ ਜਾ ਕੇ ਇੱਥੋਂ ਸ਼ਹਾਦਤ ਪ੍ਰਾਪਤ ਕੀਤੀ ਔਰ ਜਿਹੜਾ ਇਹ ਸਾਰਾ ਸ਼ਹਿਰ ਹੈ ਮੈਂ ਜ਼ਰੂਰੀ ਬੇਨਤੀ ਹਰ ਵਾਰੀ ਕਰਦਾ ਹੁੰਦਾ ਕਿ ਇਹ ਜਿਹੜਾ ਸਾਰਾ ਸ਼ਹਿਰ ਹੈ ਬੇਸ਼ੱਕ ਅਸੀਂ ਕਾਗਜ਼ਾਂ ਪੱਤਰਾਂ ਦੇ ਨਾਲ ਆਪੋ ਆਪਣੇ ਘਰਾਂ ਦੇ ਇੱਥੇ ਮਾਲਕ ਬਣੇ ਹੋਏ ਹਾਂ
पर संगत जी के सारे का सारा शहर गुरु तेग बहादुर साहब जी महाराज का घर सी। ਤਾਂ ਬਰਾਤ ਵੀ ਸੰਗਤ ਜੀ ਇਸੇ ਘਰ ਵਿੱਚ ਹੀ ਆਰੰਭ ਰਵਾਨਾ ਹੁੰਦੀ ਹੈ। ਮਾਤਾ ਅਜੀਤ ਕੌਰ ਜੀ ਇਸ ਘਰ ਵਿੱਚ ਹੀ ਵਿਆਹ ਕੇ ਆਉਂਦੇ ਨੇ। ਉੱਥੇ ਜਿੱਥੇ ਸਤਿਗੁਰਾਂ ਨੇ ਇੱਥੇ ਬੜੀਆਂ ਰੌਣਕਾਂ ਲਾਈਆਂ, ਬੜੀ ਦੂਰੋਂ ਦੂਰੋਂ ਸੰਗਤਾਂ ਨੇ ਇੱਥੇ ਆ ਕੇ ਦਰਸ਼ਨ ਕੀਤੇ, ਸਤਿਗੁਰਾਂ ਨੇ ਬਚਨ ਮਿਲਾਸ ਕੀਤੇ। ਉੱਥੇ ਸਤਿਗੁਰਾਂ ਦੇ ਅਸਥਾਨਾਂ ਦੇ ਜਿੱਥੇ ਗੁਰੂ ਕੇ ਮਹਿਲ ਹਨ, ਉੱਥੇ ਨੀਚੇ ਭੋਰਾ ਸਾਹਿਬ ਹੈ ਜਿੱਥੇ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਬੈਠ ਕੇ ਸਿਮਰਨ ਕਰਿਆ ਕਰਦੇ ਸਨ, ਉਸ ਅਕਾਲ ਪੁਰਖ ਜਿਹੜਾ ਜੁੜਿਆ ਕਰਦੇ ਸਨ। ਉਸ ਦੇ ਨਾਲ ਹੀ ਇੱਕ ਅਸਥਾਨ ਥੜਾ ਸਾਹਿਬ ਹੈ ਜਿੱਥੇ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਆਪ ਬੈਠਿਆ ਕਰਦੇ, ਸਮੁੱਚੀਆਂ ਸੰਗਤਾਂ ਨੂੰ ਗੁਰਬਾਣੀ ਦੇ ਨਾਲ ਜੋੜਿਆ ਕਰਦੇ। ਕਸ਼ਮੀਰ ਦੇ ਪੰਡਿਤ ਭਾਈ ਕਿਰਪਾ ਰਾਮ, ਪੰਡਿਤ ਕਿਰਪਾ ਰਾਮ ਦੀ ਅਗਵਾਈ ਵਿੱਚ ਜੋ ਜਥਾ ਧਰਮ ਦੀ ਪੁਕਾਰ ਕਰਨ ਵਾਸਤੇ ਆਇਆ, ਉਹ ਵੀ ਇਸ ਸਥਾਨ 'ਤੇ ਆਇਆ ਕਿ ਸੱਚੇ ਪਾਤਸ਼ਾਹ ਜੀ ਆਪ ਸਾਡੇ ਧਰਮ ਨੂੰ ਬਚਾਓ। ਜੋ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਸ਼ਹੀਦੀ ਦੇਣ ਵਾਸਤੇ ਵੀ ਇਸ ਘਰ ਵਿੱਚੋਂ ਹੀ ਰਵਾਨਾ ਹੋਏ ਸੰਗਤ ਜੀ, ਔਰ ਜਿੱਥੇ ਸ਼ਹੀਦੀ ਦੇਣ ਵਾਸਤੇ ਸਤਿਗੁਰੂ ਜੀ ਰਵਾਨਾ ਹੋਏ, ਉੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੂੰ ਗੁਰਤਾ ਗੱਦੀ ਵੀ ਇਸ ਘਰ ਵਿੱਚ ਹੀ ਬਖਸ਼ਿਸ਼ ਹੋਈ। ਗੁਰਦੁਆਰਾ ਦਮਦਮਾ ਸਾਹਿਬ ਇੱਥੇ ਸੁਸ਼ੋਭਿਤ ਹੈ, ਸਾਹਿਬਜ਼ਾਦਿਆਂ ਦੇ ਜਨਮ ਅਸਥਾਨ ਵੀ ਇੱਥੇ ਸੁਸ਼ੋਭਿਤ ਹਨ। ਉੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਸੰਗਤਾਂ ਦੇ ਕਹਿਣ 'ਤੇ ਇਸ ਪਾਵਨ ਪਵਿੱਤਰ ਅਸਥਾਨ 'ਤੇ ਮਸੰਦਾਂ ਨੂੰ ਸਜਾਵਾਂ ਵੀ ਦਿੱਤੀਆਂ, ਔਰ ਇਹ ਇਸ ਅਸਥਾਨ ਦਾ ਬੜਾ ਵੱਡਮੁੱਲਾ ਸੰਬੰਧ ਹੈ ਇਤਿਹਾਸ ਦੇ ਨਾਲ। ਜਿੱਥੇ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਨੇ ਸ਼ਹੀਦੀ ਪ੍ਰਾਪਤ ਕੀਤੀ, ਤਿਲਕ ਜੰਜੂ ਦੀ ਖਾਤਰ ਦਿੱਲੀ ਦੇ ਚਾਂਦਨੀ ਚੌਂਕ ਵਿਖੇ, ਉੱਥੇ ਭਾਈ ਜੈਤਾ ਜੀ ਸਤਿਗੁਰਾਂ ਦਾ ਸੀਸ ਵੀ ਇਸ ਘਰ ਵਿੱਚ ਹੀ ਲੈ ਕੇ ਆਏ। ਸੰਗਤ ਜੀ ਅੱਜ ਸਤਿਗੁਰਾਂ ਨੇ ਬੜੀ ਕਿਰਪਾ ਕੀਤੀ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਸਮੁੱਚੇ ਪ੍ਰਬੰਧ ਵੱਲੋਂ ਅਤਿ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਰਘਵੀਰ ਸਿੰਘ ਜੀ, ਜਥੇਦਾਰ ਸ੍ਰੀ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ, ਅਤੇ ਸਾਡੇ ਅਤਿ ਸਤਿਕਾਰਯੋਗ ਮੈਨੇਜਰ ਭਾਈ ਗੁਰਦੀਪ ਸਿੰਘ ਜੀ ਰੋਡੇ, ਅਤੇ ਸਮੂਹ ਮੈਂਬਰ ਹੋਣਾ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਤੋਂ ਉਪਰੰਤ ਅਲਾਹੀ ਗੁਰਬਾਣੀ ਦੇ ਕੀਰਤਨ ਹੋਏ ਹਨ। ਉੱਥੇ ਸਿੰਘ ਸਾਹਿਬ ਗਿਆਨੀ ਰਘਵੀਰ ਸਿੰਘ ਜੀ, ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਸੰਗਤਾਂ ਨੂੰ ਜਿੱਥੇ ਪਾਵਨ ਅਸਥਾਨਾਂ ਦੇ ਸਥਾਪਨਾ ਦਿਵਸ ਦੀਆਂ ਸੰਗਤਾਂ ਨੂੰ ਵਧਾਈਆਂ ਦਿੱਤੀਆਂ ਹਨ, ਉੱਥੇ ਇਹ ਵੀ ਸੰਗਤਾਂ ਨੂੰ ਆਖਿਆ ਕਿ ਇਸ ਅਸਥਾਨ ਦੇ ਨਾਲ ਜੁੜਿਆ ਜਾਵੇ, ਖੰਡੇ ਬਾਟੇ ਦੇ ਪਹੁਲ ਲਈ ਹੋ ਜਾਵੇ, ਗੁਰੂ ਵਾਲੇ ਬਣ ਕੇ ਆਪਣਾ ਜੀਵਨ ਬਤੀਤ ਕਰੀਏ। ਕਿਉਂਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬਖਸ਼ਿਸ਼ ਕੀਤਾ ਹੈ, ਜਦੋਂ ਆਪਾਂ ਮਰਿਆਦਾ ਵਿੱਚ ਪੜ੍ਹਦੇ ਹਾਂ ਕਿ ਧਰਮ ਦੇ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਧਰਮ ਦੇ ਮਾਤਾ ਮਾਤਾ ਸਾਹਿਬ ਕੌਰ ਜੀ, ਵਾਸੀ ਜਨਮ ਸਾਡਾ ਸ੍ਰੀ ਆਨੰਦਪੁਰ ਸਾਹਿਬ ਦਾ, ਔਰ ਜਨਮ ਸਾਡਾ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦਾ, ਵਾਸੀ ਅਸੀਂ ਆਨੰਦਪੁਰ ਸਾਹਿਬ ਦੇ, ਖਾਲਸੇ ਦੇ ਨਾਨਕੇ ਗੁਰੂ ਕੇ ਲਾਹੌਰ, ਇਹ ਸਾਡਾ ਐਡਰੈਸ ਹੈ, ਇਸ ਸਥਾਨ ਦਾ ਐਡਰੈਸ ਹੈ ਸੰਗਤ ਜੀ। ਇਸ ਕਰਕੇ ਗੁਰੂ ਵਾਲੇ ਬਣੀਏ, ਜਿੰਨਾ ਚਿਰ ਅਸੀਂ ਗੁਰੂ ਵਾਲ ਨਹੀਂ ਬਣਦੇ ਅਸੀਂ ਇਸ ਸ਼ਹਿਰ ਦੇ ਵਾਸੀ ਨਹੀਂ ਹਾਂ। ਇਸ ਕਰਕੇ ਗੁਰੂ ਵਾਲੇ ਬਣ ਕੇ ਅਸੀਂ ਇਸ ਆਨੰਦਪੁਰ ਸਾਹਿਬ ਦੇ ਵਾਸੀ ਬਣੀਏ। ਉੱਥੇ ਸ੍ਰੀ ਹਲਚਲ ਕੇ ਲਈ ਸ੍ਰੀ ਆਨੰਦਪੁਰ ਸਾਹਿਬ ਸੇ ਬਿਊਰੋ ਰਿਪੋਰਟ। अजोली मार्केट में खुल गई है चश्मों की नई दुकान वशिष्ठ ऑप्टिकल। यहां आपको मिलेंगे हर तरह के ब्रांडेड चश्मे, वो भी बाजार से काफी कम दाम पर। नजर के चश्मे लगवाने वालों की नजर पहले अति आधुनिक मशीनों से निशुल्क जांच करने के उपरांत ऑटोमेटिक मशीनों से तैयार चश्मा चंद मिनटों में ही उपलब्ध करवाया जाता है, तो एक बार सेवा का मौका अवश्य दे। हमारा पता नोट करें, वशिष्ठ ऑप्टिकल, नंगल संतोषगढ़ मुख्य मार्ग, निकट गोल्डन पैलेस, अजोली मोड़, जिला उन्ना। हमारा फोन नंबर 99155 84190।